ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਧੰਨ ਵਾਹਿਗੁਰੂ ਸਾਹਿਬ ਜੀ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਣ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ, ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹਿਨ ਨਿਰਮਲ ਕਰਨੀ, ਸਾਧ ਸੰਗਤ ਕੈ ਅੰਚਲ ਲਾਵਹੁ, ਬਿਖਮ ਨਦੀ ਜਾਏ ਤਰਨੀ, ਸੋ ਕੌਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋ ਕੁਰਸ਼ੋ ਝਟੀਐ, ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ, ਤਾਪ ਗਵਾਇਆ ਗੁਰਪੂਰੇ, ਵਾਜੇ ਅਨਹਦ ਤੂਰੇ, ਸਰਬ ਕਲਿਆਣ ਪ੍ਰਭ ਕੀਨੇ, ਕਰ ਕਿਰਪਾ ਆਪ ਦੀਨੇ, ਤਾਪ ਗਵਾਇਆ ਗੁਰਪੂਰੇ, ਵਾਜੇ ਅਨਹਦ ਤੂਰੇ, ਸਰਬ ਕਲਿਆਣ ਪ੍ਰਭ ਕੀਨੇ, ਕਰ ਕਿਰਪਾ ਆਪ ਦੀਨੇ, ਬੇਦਨ ਸਤਗੁਰ ਆਪ ਗਵਾਈ, ਸਿੱਖ ਸੰਤ ਸਭ ਸਰਸੇ ਹੋਏ, ਹਰ ਹਰ ਨਾਮ ਧਿਆਈ, ਰਹਾਉ ਜੋ ਮੰਗਹਿ ਸੋ ਲੇਵਹਿ, ਪ੍ਰਭ ਆਪਣਿਆਂ ਸੰਤਾਂ ਦੇਵਹਿ, ਹਰ ਗੋਬਿੰਦ ਪ੍ਰਭ ਰਾਖਿਆ, ਜਨ ਨਾਨਕ ਸਾਚ ਸੁਭਾਖਿਆ, ਜੋ ਮੰਗਹਿ ਸੋ ਲੇਵਹਿ, ਪ੍ਰਭ ਆਪਣਿਆਂ ਸੰਤਾਂ ਦੇਵਹਿ, ਹਰ ਗੋਬਿੰਦ ਪ੍ਰਭ ਰਾਖਿਆ, ਜਨ ਨਾਨਕ ਸਾਚ ਸੁਭਾਖਿਆ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਸੋਢੀ ਸੁਲਤਾਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰ ਘਰ ਦੀਆਂ ਹਾਜ਼ਰੀਆਂ ਭਰਨ ਵਾਸਤੇ ਦੂਰਾਂ ਨੇੜਿਆਂ ਤੋਂ ਗੁਰੂ ਚਰਨਾਂ ਵਿੱਚ ਜੁੜ ਬੈਠੀ ਸੱਜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਧੰਨ ਧੰਨ ਸਤਿਗੁਰੂ ਰਾਮਦਾਸ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਤਖ਼ਤ ਸਾਹਿਬ 'ਤੇ ਪ੍ਰਕਾਸ਼ਮਾਨ ਹੁੰਦਿਆਂ ਜੋ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਸਤਿਗੁਰਾਂ ਨੇ ਹੁਕਮਨਾਮਾ ਬਖਸ਼ਿਆ, ਜਿਸ ਨੂੰ ਆਪ ਜੀ ਨੇ ਦੁਬਾਰਾ ਦੀਵਾਨ ਹਾਲ ਮੰਜੀ ਸਾਹਿਬ ਤੋਂ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤਾ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 626 'ਤੇ ਸਭਾਏਮਾਨ ਹੈ। ਇਸ ਪਾਵਨ ਹੁਕਮਨਾਮੇ ਅੰਦਰ ਛੇਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਆਇਆ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਗਰੀਬ ਨਿਵਾਸ ਗੁਰੂ ਜੀ, ਜਿਸ ਸਮੇਂ ਬਾਲ ਹਰਗੋਬਿੰਦ ਜੀ ਨੂੰ ਤਾਪ ਨੇ ਆ ਕੇ ਘੇਰਿਆ, ਉਥਾਨਕਾ ਦੇ ਮੁਤਾਬਕ ਮੈਂ ਪਹਿਲਾਂ ਬੇਨਤੀ ਕਰ ਦੇਵਾਂ ਕਿ ਗੁਰਬਾਣੀ ਦੇ ਅਰਥ ਜਿਹੜੇ ਇੱਕ ਵਾਰੀ ਕੀਤੇ ਜਾਂਦੇ ਨੇ, ਇਹ ਨਾ ਸਮਝ ਲੈਣਾ ਕਿ ਇਹਦੇ ਤੋਂ ਬਾਅਦ ਕੋਈ ਅਰਥ ਹੋਰ ਨਹੀਂ ਬਣ ਸਕਦਾ। ਬੇਅੰਤ ਅੰਤਰੀਵ ਭਾਵ ਗੁਰਬਾਣੀ ਦੇ ਅਰਥ ਹਨ, ਪਰ ਜਿਹੜੀ ਉਥਾਨਕਾ ਮਿਲਦੀ ਹੈ, ਉਥਾਨਕਾ ਦੇ ਹਿਸਾਬ ਦੇ ਨਾਲ ਇਹ ਪਾਵਨ ਪਵਿੱਤਰ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਸਮੇਂ ਉਚਾਰਨ ਕੀਤਾ ਹੈ। ਸੋਰਠ ਰਾਗ ਅੰਦਰ, ਧਰਾਸਰੀ ਰਾਗ ਅੰਦਰ ਅਨੇਕਾਂ ਸ਼ਬਦ ਮਿਲਦੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਾਲ ਅਵਸਥਾ ਵਿੱਚ ਨੇ, ਸਤਿਗੁਰਾਂ ਨੂੰ ਸਰੀਰਕ ਤਾਪ ਨੇ ਆਣ ਕੇ ਘੇਰ ਲਿਆ, ਭਾਵ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੁਖਾਰ ਚੜ ਗਿਆ ਤੇ ਸਤਿਗੁਰ ਦੀ ਰਹਿਮਤ ਵਰਤੀ। ਇਤਿਹਾਸ ਜਦੋਂ ਤੁਸੀਂ ਪੜ੍ਹੋਗੇ, ਇਤਿਹਾਸ ਵਿੱਚ ਕਈ ਵਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਿਵੇਂ ਚੇਚਕ ਨਿਕਲ ਆਉਣੀ ਸਰੀਰ 'ਤੇ, ਸੀਤਲਾ 'ਤੇ ਰਾਖਿਆ ਬਿਹਾਰੀ, ਇਹ ਪਾਵਨ ਪਵਿੱਤਰ ਸ਼ਬਦ ਜਦੋਂ ਮਹਾਰਾਜ ਜੀ ਨੇ ਤੰਦਰੁਸਤੀ ਬਖਸ਼ੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਹਾਜ਼ਰ ਹੋ ਕਰਕੇ ਤ੍ਰਿਹਾਵਾਲ ਦੀ ਕੜਾ ਪ੍ਰਸ਼ਾਦ ਦੀ ਦੇਗ ਲੈ ਕਰਕੇ ਸ਼ੁਕਰਾਨੇ ਦੇ ਸ਼ਬਦ ਕਹਿ, ਸਤਿਗੁਰਾਂ ਨੇ ਉਸ ਸਮੇਂ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤੇ। ਗੁਰੂ ਸਵਾਰਿਓ, ਧੰਨ ਗੁਰੂ ਰਾਮਦਾਸ ਜੀ ਦਾ ਉਹ ਦਰ ਹੈ ਜਿੱਥੇ ਅਨੇਕਾਂ ਰੋਗੀ ਆਉਂਦੇ ਨੇ, ਤਨ ਦੇ ਰੋਗੀ, ਮਨ ਦੇ ਰੋਗੀ ਆਉਂਦੇ ਨੇ, ਦੁੱਖਾਂ ਦੇ ਨਾਲ, ਮੁਸੀਬਤਾਂ ਦੇ ਨਾਲ ਭਰੇ ਆਉਂਦੇ ਨੇ ਤੇ ਗੁਰੂ ਰਾਮਦਾਸ ਜੀ ਦੇ ਦਰ 'ਤੇ ਆਣ ਕਰਕੇ ਸਰੀਰਕ ਤੰਦਰੁਸਤੀਆਂ ਲੈ ਕੇ, ਆਤਮਕ ਤੰਦਰੁਸਤੀਆਂ ਲੈ ਕੇ ਆਨੰਦ ਦੇ ਵਿੱਚ ਖੁਸ਼ੀ ਖੁਸ਼ੀ ਨਾਲ ਘਰਾਂ ਨੂੰ ਜਾਂਦੇ ਨੇ। ਗੁਰੂ ਨਾਨਕ ਦਾ ਦਰ ਐਸਾ ਹੈ, ਜਦੋਂ ਦੁਨੀਆਂ ਦੇ ਸਾਰੇ ਦਰਵਾਜ਼ੇ ਬੰਦ ਹੋ ਜਾਇਆ ਕਰਦੇ ਨੇ, ਉਦੋਂ ਗੁਰੂ ਨਾਨਕ ਦੇ ਦਰ ਦਾ ਦਰਵਾਜ਼ਾ ਖੁੱਲ੍ਹਾ। ਜਦੋਂ ਦੁਨੀਆਂ ਦੇ ਸਾਰੇ ਵੈਦ, ਹਕੀਮ, ਡਾਕਟਰ ਜਵਾਬ ਦੇ ਜਾਣ, ਉਦੋਂ ਗੁਰੂ ਨਾਨਕ ਦੇ ਦਰ ਤੋਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ। ਭੱਟਾ ਨੇ ਪਾਵਨ ਬਾਣੀ ਅੰਦਰ ਗੁਰੂ ਦੀ ਮਹਿਮਾ ਅੰਦਰ ਸ਼ਬਦ ਕਹੇ ਨੇ, ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ
दुख संसारै खूवै, गुर नाम निध दरियाओ, जन्म हम कालख धोवै, सो कहो टल गुर सेवियै, अहनस सहज सुभाए, दर्शन परसै गुरु कै, जन्म मरण दुख जाए। गुरु दे दर्शना दे विच ऐसी तासीर है कि गुरु दे दर्शन करदिआं ही शरीरक दुख तां की साहब जी कहिंदे जम्मण मरण दे दुख भी खत्म हो जाया करदे ने। मैं एक आप जी दे नाल विथिया सांझी कर रहा, जिहड़े लोग अज गुरु रामदास जी दे पावन सरोवर ते टिप्पणी करदे ने, गुरु दे सिद्धांत ते टिप्पणी करदे ने, वह भी सुन लैन, क्योंकि देश विदेश विच पीटीसी न्यूज़ दे थ्रू आप जी गुरु दी विचार नेता प्रति सरवण करदे हो। पावन शब्द आया, ताप गवाया गुर पूरे, गुरु ने कृपा करके ताप गवा दिता। गुरबाणी विच तीन ताप मन्ने ने, आद ब्याद ते उपाद, जिसनों असी कहने तीने ताप, निवारण हारा दुख हंता सुख रास, ताको बिगन को लागे जन की प्रभ आ गए अरदास। गुरु दा सिद्धांत है कि जी की बिरथा हुए सो गुर पै अरदास कर। ए प्यारिया, जेड़ी तेरी दिल दी वेदना है ना, तू गुरु अगे कह, क्योंकि जे संसारक लोगां दे अगे अपना दुख रोवेगा, किस पै खोलो गंठड़ी दुखी भरिया। तुसी एक दुख किसे अपने मित्र नूं सुना दिओ, दुख दा हल तां की होना है, वह अगो अपने हजारां दुख गिण के दस देवेगा, मैनू आह भी कलेश है, मैनू आह भी दुख है। पर सतगुर कहिंदे ने जदों तेरे दिल दी वेदना जिहड़ी है ना, तेरे दिल दी जिहड़ी गल है, वह अपने गुरु दे अगे कह। कई वारी ऐसी गल हुंदी है मन अंदर, गुरमुख प्यारिओ बंदा किसे कोल नहीं कर सकदा, कहिंदा मैं अपने मित्र को गल करां। ऐसियां गल्लां हुंदियां ने ना, अपनी मां कोलो, भैण भरा कोलो, बाप कोल कईयां नहीं जा सकदियां, वह अपने मित्रां दे नाल सांझी करदा है। कई ऐसियां गुझियां गल्लां हुंदियां ने मनुख अपने मां बाप नाल सांझी कर सकदा है, दूसरी किसे दे नाल नहीं सांझी कर सकदा, अपने भैण भरा दे नाल सांझी करदा है। पर सतगुरु जी कहिंदे ने जदों तेरी किते कोई आवाज ना ना सुने, उदों गुरु अगे गल विच पल्ला पा के जोदड़ी करी। गल्लां तू सतगुरु जी कहिंदे सारियां नूं दसदा है, दुख अपने जगह जगह रोना है, पर प्यारिया जिस दिन गल विच पल्ला पा के जोदड़ी गुरु अगे करेगा ना, ते गुरु तेरी अरदास सुनेगा, गुरु तेरी अरदास कन दे के सुनेगा, ते अरदास ही नहीं सुनेगा, तेरे दिल दी जिहड़ी वेदना है ना, जिहड़ी तू गुरु अगे कही है, जिहड़ा तू दुख गुरु अगे रोया है, गुरु उहदा हल भी करके तोरेगा। अज तो 22 साल पहला प्राग दास चौंक दे लागे एक महापुरखां दा स्थान है, उत्थे दास रहा करदा सी, ते उत्थे एक बनारस दा बनारसी उसनूं असी कहिंदे सी, उह रहिंदा सी। गुरु रामदास दे दर दी महिमा कही नहीं जा सकती, डिठे सबे थाव नहीं तुद जेहया, बदो पुरख विधाते तां तू सोहया, वसदी सगन अपार अनूप रामदासपुर, हरहा नानक कसमल जाए नाया रामदास सर। अमृत सरोवर, गुरु रामदास जी का पावन अमृत सरोवर जी दे वल गुरबाणी ने इशारा किया है। पंचम पातशाह जी ने जिस पावन सरोवर की गल की है, मैं अज उस पावन सरोवर की उस दर घर की महिमा आप जी दे नाल सांझी करा। उस मेरा मित्र बन गया, मैं गुरु ग्रंथ साहब जी की हजूरी विच गुरु रामदास जी दे दर विच बैठा होया, तुहाडे नाल बचन सांझे कर रहा, क्योंकि उस समय सोशल मीडिया का इन्ना युग नहीं सी। ओदियां गुरमुखो हत्थां पैरां दियां सारियां उंगलां झड़ियां होईयां सन, ते मेरा मित्र बन गया, ते जिथे मित्र होवे उथे मित्र दे नाल गलबात सांझी भी हो जांदी है। मैं एक दिन हीला करके उसनूं पुछ लिया, मैं कहा बनारसी जी, तुहाडे हत्थां ते पैरां दियां उंगलां झड़ियां होईयां ने, किसे उंगल दा एक पोटा झड़िया, किसे दे दो झड़े ने,
ਤੇ ਕਾਰਨ ਕੀ ਜਮਾਂਦਰੂ ਹੀ ਹੈ। ਉਹ ਕਹਿਣ ਲੱਗਾ ਉਹਨਾਂ ਗੱਲ ਕਰਦਾ ਕਰਦਾ ਗੁਰਮੁਖੋ ਰੋ ਪਿਆ, ਵੈਰਾਗ ਆ ਗਿਆ। ਮੈਂ ਸੋਚਿਆ ਮੈਂ ਇਹਦੀ ਦੁੱਖ ਦੀ ਰਗ ਤੇ ਹੱਥ ਰੱਖ ਦਿੱਤਾ ਹੈ, ਸ਼ਾਇਦ ਮੈਂ ਇਹਦਾ ਦਿਲ ਦੁਖਾਇਆ ਹੋਵੇ। ਜਿਸ ਗੁਰੂ ਰਾਮਦਾਸ ਦੀ ਦਰਦ ਦੀ ਮਹਿਮਾ ਗੁਰੂ ਅਰਜਨ ਦੇਵ ਮਹਾਰਾਜ ਕਰ ਰਹੇ ਨੇ, ਤਤ ਵਿਚਾਰ ਜਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਜਿਨ੍ਹਾਂ ਦੇ ਬਾਬਤ ਭੱਟਾ ਨੇ ਆਖਿਆ ਗੁਰ ਅਰਜਨ ਪ੍ਰਤੱਖ ਹਰ, ਜਿਨ੍ਹਾਂ ਦੇ ਬਾਬਤ ਭੱਟਾ ਨੇ ਆਖਿਆ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਐਸੇ ਦੀਨ ਦਿਆਲ ਸਤਿਗੁਰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਗੁਰੂ ਰਾਮਦਾਸ ਦੇ ਦਰ ਦੀ ਮਹਿਮਾ ਕਰ ਰਹੇ ਨੇ। ਤੇ ਮੈਂ ਸੋਚਿਆ ਤੇਰਾ ਦਿਲ ਦੁਖਾਇਆ ਤੇ ਰੋ ਕੇ ਕਹਿਣ ਲੱਗਾ, ਨਹੀਂ ਇਹ ਵੈਰਾਗ ਦੇ ਇਹ ਪਿਆਰ ਦੇ ਹੰਝੂ ਨੇ, ਜਿਸ ਦੇ ਬਾਬਤ ਕਹਿੰਦੇ ਨੇ ਪਾਤਸ਼ਾਹ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ, ਜਿੱਤ ਤਨ ਬਿਰੋ ਨਾ ਉਪਜੈ ਸੋ ਤਨ ਜਾਣ ਮਸਾਣ। ਯਾਦ ਰੱਖੀ ਗੁਰਮੁਖਾ, ਦੁਨੀਆਂ ਦੇ ਬਦਲੇ ਤੂੰ ਬੜਾ ਰੋਨਾ, ਪਦਾਰਥਾਂ ਦੇ ਲਈ ਤੂੰ ਦਿਨ ਰਾਤ ਰੋਨਾ, ਤੇਰੇ ਅੱਖਾਂ ਵਿੱਚੋਂ ਤ੍ਰਿਪਤ ਤ੍ਰਿਪਤ ਹੰਝੂ ਵਗਦੇ ਨੇ, ਪਰ ਜਿਸ ਦਿਨ ਗੁਰੂ ਦੀ ਯਾਦ ਅੰਦਰ ਤੇਰੇ ਨੇਤਰਾਂ ਚੋਂ ਇੱਕ ਵੀ ਅੱਥਰੂ ਨਿਕਲ ਆਇਆ ਨਾ, ਗੁਰੂ ਦੇ ਪਿਆਰ ਅੰਦਰ ਉਹਨੇ ਲੱਖਾਂ ਗੁਨਾਹ ਤੇਰੇ ਧੋ ਦੇਣੇ ਨੇ, ਉਹਨੇ ਤੇਰਾ ਹਿਰਦਾ ਨਿਰਮਲ ਕਰ ਦੇਣਾ। ਕਹਿਣ ਲੱਗਾ ਇਹ ਗੁਰੂ ਦੇ ਵੈਰਾਗ ਦੇ ਹੰਝੂ ਨੇ, ਦੁੱਖ ਦੇ ਹੰਝੂ ਨਹੀਂ, ਇਹ ਖੁਸ਼ੀ ਦੇ ਹੰਝੂ ਨੇ। ਫਿਰ ਉਹਨੇ ਆਪਣੀ ਵਿਥਿਆ ਦੱਸੀ, ਕਹਿਣ ਲੱਗਾ ਮੈਂ ਬਨਾਰਸ ਦਾ ਰਹਿਣ ਵਾਲਾ, ਹਿੰਦੀ ਬੋਲਦਾ ਸੀ। ਕਹਿਣ ਲੱਗਾ ਮੈਂ ਬਨਾਰਸ ਦੇ ਰਹਿਣ ਵਾਲਾ, ਮੇਰੇ ਤਨ ਤੇ ਕੋੜ ਹੋ ਗਿਆ, ਐਸਾ ਕੋੜ ਐਸੀ ਪਾਕ ਸਰੀਰ ਦੇ ਵਿੱਚੋਂ ਵਗੜ ਲੱਗੀ, ਮੈਨੂੰ ਮੇਰੇ ਘਰ ਦੇ ਵੀ ਨਫ਼ਰਤ ਕਰਨ ਲੱਗ ਪਏ। ਮੈਂ ਸੋਚਿਆ ਕਿ ਘਰ ਦੇ ਵੀ ਨਫ਼ਰਤ ਕਰਦੇ ਨੇ ਇਹਦੇ ਨਾਲੋਂ, ਚੰਗਾ ਤਾਂ ਕਿਤੇ ਮੈਂ ਮਰ ਖੱਪ ਜਾਵਾਂ। ਇਤਿਹਾਸ ਪੜ੍ਹ ਕੇ ਵੇਖ ਲਓ, ਪ੍ਰੇਮਾ ਕੋੜੀ ਵੀ ਖੂਹ ਦੇ ਵਿੱਚ ਛਾਲ ਮਾਰਨ ਵਾਸਤੇ ਆਇਆ ਸੀ, ਕੋੜ ਦੇ ਨਾਲ ਗਰੱਸਿਆ ਹੋਇਆ, ਤੇ ਸੰਗਤਾਂ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਜਾ ਰਹੀਆਂ ਸਨ ਗੋਇੰਦਵਾਲ ਸਾਹਿਬ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਤੇਰਾ ਦਰ ਕਿੱਡਾ ਵੱਡਾ ਹੈ। ਜਿੱਥੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇੱਕ ਗਰੀਬ ਗਏ ਸਨ, ਅਨਾਥ ਗਏ ਸਨ, ਤੇ ਤੇਰੇ ਦਰ ਤੋਂ ਬਖਸ਼ਿਸ਼ਾਂ ਲੈ ਕੇ ਤੇ ਗਰੀਬ ਨਿਵਾਜ ਬਣ ਗਏ, ਜਿਸ ਦਰ ਤੇ ਆਪ ਜੀ ਰੋਜ਼ਾਨਾ ਝੋਲੀ ਅੜਦੇ ਜੇ ਨਾ, ਧੰਨ ਗੁਰੂ ਰਾਮਦਾਸ ਗਰੀਬਾਂ ਨੂੰ ਨਿਵਾਜਣ ਵਾਲੇ ਨੇ। ਮੈਂ ਕਹਿੰਦਾ ਹੁੰਦਾ ਅਕਸਰ ਕਥਾ ਦੇ ਵਿੱਚ ਬੇਨਤੀ ਕਰਦਾ ਹੁੰਦਾ ਕਿ ਆਪਣੀ ਗਰੀਬੀ ਦੀ ਵੇਦਨਾ ਗੁਰੂ ਰਾਮਦਾਸ ਦੇ ਅੱਗੇ ਜਾ ਕੇ ਰੋਇਆ ਕਰੀਏ, ਕਿ ਪਾਤਸ਼ਾਹ ਜਿੰਨੇ ਗਰੀਬੀ ਵੇਖੀ ਹੋਵੇ ਨਾ ਉਹਨੂੰ ਗਰੀਬੀ ਬਾਰੇ ਪਤਾ ਹੁੰਦਾ, ਤੇ ਦੁਨੀਆਂ ਦੇ ਉੱਪਰ ਤੇਰੇ ਤੋਂ ਵੱਡਾ ਕੋਈ ਗਰੀਬ ਨਹੀਂ ਸੀ। ਉਹ ਦਰ ਕਿੱਡਾ ਵੱਡਾ ਹੈ ਗੁਰੂ ਅਮਰਦਾਸ ਜੀ ਦਾ। ਭੱਟਾ ਨੇ ਕਹਿ ਦਿੱਤਾ ਗੁਰੂ ਅਮਰਦਾਸ ਪਰਸੀਐ ਉਹਮ ਪਾਤਕ ਬਿਨਾਸ ਹੈ, ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਅਸਾਸ ਹੈ, ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕੈ, ਗੁਰ ਅਮਰਦਾਸ ਪਰਸੀਐ ਅਪਉ ਲੱਭੈ ਗਉ ਚੁੱਕੈ, ਇੱਕ ਬਿਨ ਦੋਗਣ ਜੋਤ ਰਹੈ ਸਾਸ ਮੰਤਰ ਮਾਨਵੈ ਲਹੈ, ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੇ ਮਿਲੇ। ਐਸੇ ਦੀਨ ਦਿਆਲ ਸਤਿਗੁਰ ਸੱਚੇ ਪਾਤਸ਼ਾਹ ਪ੍ਰੇਮਾ ਕੋੜੀ ਖੂਹ ਦੇ ਮਨ ਤੇ ਬੈਠਾ, ਸੰਗਤਾਂ ਸ਼ਬਦ ਗਾਇਨ ਕਰਦੀਆਂ ਜਾ ਰਹੀਆਂ ਨੇ। ਉਹਨੇ ਸੋਚਿਆ ਕਿ ਜੇ ਇਹਨਾਂ ਦੇ ਸਾਹਮਣੇ ਮੈਂ ਛਾਲ ਮਾਰ ਦਿੱਤੀ ਤੇ ਹੋ ਸਕਦਾ ਕਿ ਮੈਨੂੰ ਖੂਹ ਦੇ ਵਿੱਚੋਂ ਕੱਢ ਲੈਣ ਤੇ ਬਚਾ ਲੈਣ, ਮੈਂ ਬਚਣਾ ਨਹੀਂ ਚਾਹੁੰਦਾ। ਸੰਗਤ ਲੰਘ ਗਈ, ਸ਼ਬਦ ਗਾਇਨ ਕਰਦੀ ਹੋਈ ਸੰਗਤ ਜੋਟੀਆਂ ਦੇ ਨਾਲ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਗੋਇੰਦਵਾਲ ਸਾਹਿਬ ਜਾ ਰਹੀ ਸੀ। ਇੱਕ ਪਿੱਛੇ ਗੁਰਮੁਖ ਪਿਆਰਾ ਤੁਰਿਆ ਜਾਂਦਾ, ਪ੍ਰੇਮੇ ਨੇ ਆਵਾਜ਼ ਮਾਰ ਕੇ ਪੁੱਛਿਆ ਭਾਈ ਕਿੱਥੇ ਜਾ ਰਹੇ ਹੋ? ਉਹ ਸਿੱਖ ਦੇ ਗਲ ਵਿੱਚ ਪੱਲਾ ਪਿਆ ਹੋਇਆ ਸੀ, ਉਹਨੇ ਨੇਤਰ ਮੂੰਦ ਲੈ ਤੇ ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਰੰਗ ਵਿੱਚ ਭਿੱਜ ਗਿਆ। ਕਹਿਣ ਲੱਗਾ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਾ ਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ। ਜਦੋਂ ਪ੍ਰੇਮਾ ਸੁਣਦਾ ਗਿਆ ਨਾ ਗੁਰੂ ਦੀ ਮਹਿਮਾ, ਉਹ ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲੇ ਨੇ, ਮੇਰੇ ਤੋਂ ਵੱਡਾ ਨਿਮਾਣਾ ਦੁਨੀਆਂ ਤੇ ਕੋਈ ਨਹੀਂ, ਉਹ ਨਿਆਸਰਿਆਂ ਦੇ ਆਸਰੇ ਨੇ,
ਮੇਰਾ ਤਾਂ ਆਸਰਾ ਹੀ ਕੋਈ ਨਹੀਂ ਰਿਹਾ। ਉਹ ਨਿਧਰਿਆਂ ਦੀ ਧਿਰ ਨੇ, ਮੇਰੇ ਤਾਂ ਘਰ ਦੇ ਵੀ ਜਵਾਬ ਦੇ ਗਏ ਮੈਨੂੰ, ਮੇਰੇ ਤਾਂ ਘਰ ਦੇ ਵੀ ਮੈਨੂੰ ਕਹਿੰਦੇ ਕਿਤੇ ਮਰ ਖਪ ਜਾ, ਮੇਰੇ ਨਾਲੋਂ ਵੱਡਾ ਨਿਧਰਾ ਕੌਣ ਹੈ। ਤੇ ਜਦੋਂ ਮਹਿਮਾ ਸੁਣਦਾ ਗਿਆ ਨਾ, ਪ੍ਰੇਮੇ ਨੇ ਪੁੱਛ ਹੀ ਲਿਆ ਭਾਈ ਨੂੰ ਕਿ ਰਹਿੰਦੇ ਕਿੱਥੇ ਨੇ, ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਐਸਾ ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲਾ, ਗਰੀਬ ਨਿਵਾਜ ਥਾਵਿਆਂ ਦਾ ਥਾਂ ਰਹਿੰਦਾ ਕਿੱਥੇ ਹੈ? ਉਹਨੇ ਆਖਿਆ ਸ਼੍ਰੀ ਗੋਇੰਦਵਾਲ ਸਾਹਿਬ ਰਹਿੰਦੇ ਨੇ। ਪ੍ਰੇਮੇ ਦੇ ਮਨ ਵਿੱਚ ਆਸ ਜਾਗੀ, ਕਿਰਨ ਜਾਗੀ ਆਸ ਦੀ, ਚੱਲ ਪਿਆ ਰਿੜਦਾ 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 ਰਿੜਦਾ। ਕੁਝ ਦਿਨ ਬਾਅਦ ਗੁਰੂ ਅਮਰਦਾਸ ਜੀ ਦੇ ਦਰ ਤੇ ਪਹੁੰਚਾ ਤੇ ਗੁਰੂ ਅਮਰਦਾਸ ਜੀ ਦੇ ਦਰਵਾਜ਼ੇ ਤੇ ਡੇਰਾ ਲਾ ਲਿਆ। ਕਹਿਣ ਲੱਗ ਪਿਆ, ਮੇਰਾ ਗਿਆ ਕਛੋਟਾ ਲਾਦਾ, ਮੇਰਾ ਗਿਆ ਕਛੋਟਾ ਲਾਦਾ। ਇਹ ਉਹ ਦਰ ਹੈ ਜਦੋਂ ਸਾਰੇ ਜਵਾਬ ਦੇ ਜਾਣ ਤੇ ਗੁਰੂ ਨਾਨਕ ਦੇ ਦਰ ਤੇ ਆਣ ਕੇ ਪੱਲਾ ਅੱਡ ਲਵੀਂ। ਇਹ ਸਤਿਗੁਰਾਂ ਨੇ ਰਹਿਮਤਾਂ ਕੀਤੀਆਂ, ਪ੍ਰੇਮੇ ਨੂੰ ਇਸ਼ਨਾਨ ਸਤਿਗੁਰਾਂ ਨੇ ਆਖਿਆ ਕਰਾਓ ਕਿਹੜੇ ਜਲ ਦੇ ਨਾਲ, ਅੱਜ ਜਾਓ ਗੋਇੰਦਵਾਲ ਸਾਹਿਬ, ਚਬੱਚਾ ਸਾਹਿਬ ਗੁਰਦੁਆਰਾ ਸਾਹਿਬ ਹੈ ਜਿੱਥੇ ਸਤਿਗੁਰਾਂ ਦੇ ਤਨ ਦਾ ਜਲ ਜਦੋਂ ਇਸ਼ਨਾਨ ਕਰਦੇ ਨੇ ਤੇ ਇਕੱਤਰ ਹੁੰਦਾ। ਸਤਿਗੁਰਾਂ ਨੇ ਆਖਿਆ ਇਸ਼ਨਾਨ ਕਰਾ ਕੇ ਲਿਆਓ। ਜਦੋਂ ਪ੍ਰੇਮੇ ਕੋੜੀ ਦਾ ਇਸ਼ਨਾਨ ਕਰਾਇਆ ਤੇ ਉਹਦਾ ਤਨ ਨੌਂ ਬਰਨਾ ਹੋ ਗਿਆ। ਇਤਿਹਾਸ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀਪਾਲਪੁਰ ਜਾਂਦੇ ਨੇ, ਉਸ ਕੋੜੀ ਦਾ ਕੋੜ ਦੂਰ ਕਰਦੇ ਨੇ, ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅਨੇਕਾਂ ਪ੍ਰਮਾਣ ਨੇ, ਸਮਾਂ ਸੀਮਤ ਹੈ, ਰਹੁ ਵਿਚਾਰ। ਉਹ ਕਹਿਣ ਲੱਗਾ ਮੇਰੇ ਘਰਦਿਆਂ ਨੇ ਮੈਨੂੰ ਜਵਾਬ ਦੇ ਦਿੱਤਾ। ਇੱਕ ਦਿਨ ਮੈਂ ਸੋਚ ਲਿਆ ਕਿ ਅੱਜ ਤੋਂ ਬਾਅਦ ਮੈਂ ਘਰ ਨਹੀਂ ਵੜਨਾ, ਬਨਾਰਸ ਦੀ ਧਰਤੀ ਤੁਰਿਆ ਜਾ ਰਿਹਾ ਸੀ ਨਿਰਾਸ਼ ਹੋ ਕੇ। ਕਹਿੰਦਾ ਮੇਰਾ ਮਿੱਤਰ ਇੱਕ ਸਿੱਖ ਦੁਕਾਨ ਵਾਲਾ ਸੀ, ਉਹਨੇ ਆਵਾਜ਼ ਮਾਰ ਲਈ। ਕਹਿਣ ਲੱਗਾ ਬਨਾਰਸੀ ਜੀ ਕਿੱਥੇ ਚੱਲੇ ਹੋ? ਕਹਿਣ ਲੱਗਾ ਮੈਂ ਮਰਨ ਚੱਲਿਆ। ਕਿਉਂ ਮਰਨ ਚੱਲਿਆ? ਕਹਿੰਦਾ ਮੇਰੇ ਘਰ ਦੇ ਮੇਰੇ ਨਾਲ ਨਫ਼ਰਤ ਕਰਦੇ ਨੇ। ਉਹਨੇ ਆਖਿਆ ਮਰਨਾ ਕਿਉਂ ਹੈ? ਦੁਨੀਆਂ ਦੇ ਡਾਕਟਰ ਜਦੋਂ ਜਵਾਬ ਦੇ ਜਾਣ, ਇੱਕ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਵੱਡਾ ਡਾਕਟਰ ਰਹਿੰਦਾ ਹੈ, ਵੱਡਾ ਵੈਦ ਰਹਿੰਦਾ ਹੈ, ਵੱਡਾ ਵੈਦ ਰਹਿੰਦਾ ਹੈ। ਆ ਮੈਂ ਤੈਨੂੰ ਉਹਦੇ ਕੋਲ ਭੇਜਾਂ। ਐਡਰੈਸ ਕਹਿੰਦਾ ਮੈਨੂੰ ਲਿਖ ਕੇ ਦਿੱਤਾ ਹੈ। ਮੈਂ ਟ੍ਰੇਨ ਪਕੜ ਕੇ ਗੁਰੂ ਰਾਮਦਾਸ ਦੇ ਦਰ ਤੇ ਆਇਆ, ਦੁੱਖ ਭੰਜਣੀ ਬੇਰ ਥੱਲੇ ਉਹਨੇ ਲਿਖਿਆ ਸੀ ਇਸ਼ਨਾਨ ਕਰੀ। ਮੈਂ ਪੁੱਛਦਾ ਪਛਾਉਂਦਾ, ਕਹਿੰਦਾ ਕਦੀ ਗੁਰੂ ਘਰ ਨਹੀਂ ਸੀ ਆਇਆ? ਇਸ਼ਨਾਨ ਕੀਤਾ ਤੇ ਚੌਂਕੜਾ ਮਾਰ ਕੇ ਪ੍ਰਕਰਮਾ ਵਿੱਚ ਬੈਠ ਜਾਣਾ ਤੇ ਰਾਤ ਨੂੰ ਮੰਜੀ ਸਾਹਿਬ ਦੀਵਾਨ ਹਾਲ ਮੈਂ ਆਰਾਮ ਕਰ ਲੈਣਾ, ਲੰਗਰ ਚੋਂ ਪ੍ਰਸ਼ਾਦਾ ਛਕ ਲੈਣਾ। 15 ਦਿਨ ਕਹਿੰਦਾ ਮੇਰੇ ਇਸ਼ਨਾਨ ਕਰਦਿਆਂ ਹੋਏ, ਗੁਰਬਾਣੀ ਦੀ ਸਮਝ ਨਹੀਂ ਸੀ ਲੱਗਦੀ, ਪਰ ਕਹਿੰਦਾ ਆਨੰਦ ਬੜਾ ਆਉਂਦਾ ਸੀ। ਕਹਿੰਦਾ ਜਦੋਂ 15 ਦਿਨ ਹੋਏ, ਮੇਰੇ ਜ਼ਖਮ ਜਿਹੜੇ ਹਰੇ ਹੋਣ ਲੱਗ ਪਏ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੇਰੇ ਕਹਿੰਦਾ ਮੇਰੇ ਜ਼ਖਮ ਜਿਹੜੇ ਸੀ ਉਹ ਗੁਰੂ ਦੀ ਕਿਰਪਾ ਸਦਕਾ ਮੇਰੀਆਂ ਉਂਗਲਾਂ ਪੁੰਗਰਨ ਲੱਗ ਪਈਆਂ, ਮੇਰੇ ਜ਼ਖਮ ਸੁੱਕ ਗਏ, ਮੇਰਾ ਤਨ ਜਿਹੜਾ ਸੀ ਅਰੋਗ ਹੋਣਾ ਸ਼ੁਰੂ ਹੋ ਗਿਆ ਤੇ ਅੰਦਰ ਭਾਵਨਾ ਹੋਰ ਦ੍ਰਿੜ ਹੋ ਗਈ। ਇੱਕ ਗੱਲ ਯਾਦ ਰੱਖਿਓ, ਗੁਰੂ ਰਾਮਦਾਸ ਜੀ ਦੇ ਦਰ ਤੇ ਕੋਈ ਭਾਵਨਾ ਨਾਲ ਨਾ ਵੀ ਆਵੇ ਨਾ, ਤਾਂ ਵੀ ਉਹਦੇ ਦੇ ਉੱਪਰ ਗੁਰੂ ਰਾਮਦਾਸ ਦੀ ਕਿਰਪਾ ਹੋ ਜਾਂਦੀ। ਜੇ ਭੁੱਲ ਭੁਲੇਖੇ ਹੀ ਜੇ ਕੋਈ ਆ ਜਾਵੇ ਗੁਰੂ ਰਾਮਦਾਸ ਦੇ ਦਰ ਤੇ, ਉਹਨੂੰ ਵੀ ਗੁਰਮੁਖ ਪਿਆਰਿਓ, ਗੁਰੂ ਰਾਮਦਾਸ ਖੁਸ਼ੀਆਂ ਨਾਲ ਝੋਲੀਆਂ ਭਰ ਕੇ ਤੁਰਦੇ ਨੇ। ਕਹਿੰਦਾ 15 ਦਿਨ ਬਤੀਤ ਹੋਏ, ਕਰਦਿਆਂ ਕਹਿੰਦਾ 40 ਦਿਨ ਮੈਂ ਇਸ਼ਨਾਨ ਕੀਤਾ, ਮੇਰਾ ਤਨ ਜਿਹੜਾ ਸੀ ਕੰਚਨ ਵਰਗਾ, ਸੋਨੇ ਵਰਗਾ ਹੋ ਗਿਆ। ਵਾਕਿਆ ਹੀ ਉਹਦੇ ਤਨ ਦੇ ਜਿਹੜੇ ਜ਼ਖਮ ਸਨ, ਉਹ ਜਿੱਥੇ ਉਂਗਲਾਂ ਤੇ ਜ਼ਖਮ ਸਨ, ਉਹਦੇ ਤੋਂ ਗਾਂਹ ਜ਼ਖਮ ਹੀ ਨਹੀਂ ਹੋਇਆ। ਤੇ ਮੇਰਾ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਸਿਰ ਝੁੱਕ ਗਿਆ, ਆਖਿਆ ਪਾਤਸ਼ਾਹ ਤੇਰੇ ਦਰ ਤੇ ਤਾਂ ਵੱਖਰੀ ਗੱਲ ਹੈ। ਅੱਜ ਵੀ ਗੁਰੂ ਰਾਮਦਾਸ ਦੇ ਦਰ ਤੇ ਬੇਅੰਤ ਬਖਸ਼ਿਸ਼ਾਂ ਵਰਤਦੀਆਂ ਨੇ, ਰਹਿਮਤਾਂ ਵਰਤਦੀਆਂ ਨੇ, ਅੰਨਿਆਂ ਨੂੰ ਨੇਤਰ ਮਿਲਦੇ ਨੇ। ਜਿਹੜਾ ਭਾਵਨਾ, ਜਿਹੋ ਜਿਹੀ ਕੋਈ ਭਾਵਨਾ ਰੱਖ ਕੇ ਆਵੇ, ਗੁਰੂ ਰਾਮਦਾਸ ਦੇ ਦਰ ਤੋਂ ਪੂਰੀ ਹੁੰਦੀ। ਜੇ ਅੱਜ ਵੀ ਰੋਗੀਆਂ ਦੇ ਰੋਗ ਖੰਡੇ ਜਾਂਦੇ ਨੇ, ਅੱਜ ਵੀ ਗੁਰੂ ਰਾਮਦਾਸ ਜੀ ਦੇ ਪਾਵਨ ਸਰੋਵਰ ਦੇ ਵਿੱਚ ਚੁੱਭਾ ਲਾਇਆ, ਜਨਮਾਂ ਜਨਮਾਂ ਦੀ ਮੈਲ ਕੱਟੀ ਜਾਂਦੀ ਹੈ। ਤੇ ਐਸੇ ਦੀਨ ਦਿਆਲ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਦੇ ਵਿੱਚ, ਪੰਚਮ ਪਾਤਸ਼ਾਹ ਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਤੰਦਰੁਸਤ ਹੋਏ ਨਾ, ਸਮੇਤ ਪਰਿਵਾਰ ਗੁਰੂ ਰਾਮਦਾਸ ਜੀ ਦੇ ਦਰ ਤੇ ਸ਼ੁਕਰਾਨਾ ਕਰਨ ਵਾਸਤੇ ਗਏ।
ਤੇ ਉਹ ਪਾਵਨ ਪਵਿੱਤਰ ਸ਼ਬਦ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤਾ। ਆਓ ਸੰਖੇਪ ਵਿਚਾਰ ਇਸ ਦੀ ਸਰਵਣ ਕਰੀਏ। ਹੱਥ ਜੋੜੋ ਦੋਨੋਂ, ਗੁਰੂ ਦੇ ਪਿਆਰ ਵਿੱਚ ਭਿੱਜ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ, ਤਾਪ ਗਵਾਇਆ ਗੁਰਪੂਰੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ, ਮੇਰਾ ਸਤਿਗੁਰ ਰਖਵਾਲਾ ਹੋਵਾ, ਧਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ, ਹਰ ਗੋਬਿੰਦ ਨਵਾਂ ਨਰੋਆ। ਸਾਹਿਬ ਜੀ ਕਹਿੰਦੇ ਸਾਹਿਬਜ਼ਾਦਾ ਹਰ ਗੋਬਿੰਦ ਦਾ ਗੁਰੂ ਨੇ ਕਿਰਪਾ ਕਰਕੇ ਤਾਪ ਗਵਾ ਦਿੱਤਾ, ਭਾਵ ਖਤਮ ਕਰ ਦਿੱਤਾ। ਤਿੰਨ ਤਾਪ ਨੇ, ਮੈਂ ਪਹਿਲਾਂ ਬੇਨਤੀ ਕੀਤੀ ਹੈ, ਸਰੀਰ ਦੇ ਆਦ ਵਿਆਹ ਤੇ ਉਪਾਦ। ਗੁਰਬਾਣੀ ਵਿੱਚ ਪਾਵਨ ਬਖਸ਼ਿਸ਼ ਕਰਦੇ ਨੇ ਸੱਚੇ ਪਾਤਸ਼ਾਹ, ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾਕੇ ਵਸ ਹੈ, ਕਾਮ ਧੇਨਾ ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ, ਜਪ ਮਨ ਸਤਨਾਮ। ਕਿੰਨਾ ਚਿਰ ਜਪੀਏ? ਪਾਤਸ਼ਾਹ ਕਹਿੰਦੇ ਸਦਾ ਸਤਨਾਮ, ਸਦਾ ਹੀ ਵਾਹਿਗੁਰੂ ਦਾ ਸਿਮਰਨ ਕਰੋ। ਮਹਾਰਾਜ ਹੋਵੇਗਾ ਕੀ? ਸਾਹਿਬ ਜੀ ਕਹਿੰਦੇ ਜਦੋਂ ਤੂੰ ਸਿਮਰਨ ਕਰੇਗਾ, ਜਦੋਂ ਤੂੰ ਸਵਾਸ ਸਵਾਸ ਭਗਤੀ ਕਰੇਗਾ, ਹਲਤ ਮਾਤ ਲੋਕ ਪਲਤ ਪ੍ਰਲੋਕ, ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ, ਹਰ ਪੁਰਖ ਨਿਰੰਜਨਾ ਜੈ ਹਰ ਸਿਮਰਨ ਭਇਆ, ਤਹਿ ਉਪਾਦ ਗਤ ਕੀਨੀ। ਉਪਾਦ ਪਤਾ ਕਿਹਨੂੰ ਕਹਿੰਦੇ ਨੇ? ਜਿਹੜਾ ਗੁਪਤ ਸ਼ਤਰੂ ਵਾਰ ਕਰਦਾ ਹੈ, ਗੁਪਤ ਵਾਰ ਜਿਹੜੇ ਹੁੰਦੇ ਨੇ, ਜਿਹਨਾਂ ਨੂੰ ਭੈਣਾਂ ਕਹਿ ਦਿੰਦੀਆਂ, ਕਿਸੇ ਨੇ ਮੁੱਠ ਚਲਾ ਦਿੱਤੀ, ਕਿਸੇ ਨੇ ਮਨਮੁਖੀ ਲੋਕ ਇਹ ਗੱਲ ਕਹਿੰਦੇ ਨੇ, ਜਿਹਨਾਂ ਨੂੰ ਗੁਰੂ ਤੇ ਤਬਕਾ ਨਹੀਂ, ਜਿਹਨਾਂ ਨੂੰ ਗੁਰੂ ਤੇ ਭਰੋਸਾ ਨਹੀਂ। ਸਾਹਿਬ ਜੀ ਕਹਿੰਦੇ ਜੇ ਤੂੰ ਸਿਮਰਨ ਕਰੇਗਾ ਨਾ, ਜੈ ਜਿੱਥੇ ਜਿਸ ਜਗ੍ਹਾ ਤੇ ਜਿਸ ਘਰ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਹੁੰਦਾ ਹੋਵੇ, ਤਹਿ ਉਪਾਦ ਗਤ ਕੀਨੀ, ਚਾ ਲਾਗੇ ਉੱਠ ਨਾਮ ਜਪ, ਨਿਸ ਬਾਸਰ ਆਰਾਧ, ਕਾਰਾ ਤੁਜੇ ਨਾ ਵਿਆਪਈ, ਨਾਨਕ ਮਿਟੈ ਉਪਾਦ। ਇਹ ਤਾਂ ਤਾਪ ਸਤਿਗੁਰ ਜੀ ਕਹਿੰਦੇ ਭੱਜ ਜਾਣਗੇ, ਭੱਜਣਗੇ ਕਿਵੇਂ, ਟੁੱਟਣਗੇ ਕਿਵੇਂ? ਸਾਹਿਬ ਜੀ ਕਹਿੰਦੇ ਜਿਸ ਜਗ੍ਹਾ ਤੇ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਹੋ ਰਿਹਾ ਹੋਵੇ, ਉੱਥੇ ਇਹ ਆਦ ਵਿਆਦ ਉਪਾਦ ਤਾਪ ਰਹਿਣਗੇ ਨਹੀਂ। ਜੈ ਹਰ ਸਿਮਰਨ ਭਇਆ, ਤਹਿ ਉਪਾਦ ਗਤ ਕੀਨੀ, ਵਡਭਾਗੀ ਹਰ ਜਪਣਾ, ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਜਿਹੜੇ ਜਪ ਨੂੰ, ਜਿਹੜੇ ਸਿਮਰਨ ਨੂੰ ਤੋਤਾ ਰਟਨ ਕਹਿੰਦੇ ਨੇ ਨਾਸਤਿਕ ਲੋਕ। ਇੱਕ ਮੈਂ ਬੇਨਤੀ ਕਰਦਾ ਜਾਵਾਂ, ਜੇ ਤੁਹਾਨੂੰ ਐਸਾ ਕੋਈ ਵਹਿਮ ਪਾਵੇ ਨਾ, ਤੁਹਾਡੀ ਸ਼ਰਧਾ ਭੰਗ ਕਰਨ ਦੀ ਕੋਸ਼ਿਸ਼ ਕਰੇ। ਸ਼ਰਧਾਵਾਨਾਂ ਦੇ ਬੇੜੇ ਪਾਰ ਹੁੰਦੇ ਨੇ। ਨਿਸ਼ਰਧਕ ਬੰਦੇ ਨੂੰ ਤਾਂ ਗੁਰੂ ਰਾਮਦਾਸ ਦੇ ਦਰ ਤੇ ਲੱਗਾ ਸੋਨਾ ਵੀ ਚੁੰਡੀਆਂ ਵੜਦਾ ਹੈ। ਗੁਰੂ ਰਾਮਦਾਸ ਦੇ ਦਰ ਤੇ ਲੱਗਾ ਹੋਇਆ ਸੋਨਾ ਵੀ ਉਸ ਨੂੰ ਚੁੱਭਦਾ ਹੈ। ਲਓ ਜੀ, ਲੱਖਾਂ ਕਰੋੜਾਂ ਰੁਪਈਆ ਲਾ ਕੇ ਸੋਨਾ ਲਾ ਰਹੇ ਹੋ, ਗਰੀਬਾਂ ਨੂੰ ਕਿਉਂ ਨਹੀਂ ਵੰਡਦੇ? ਮੈਂ ਉਹਨਾਂ ਨੂੰ ਕਹਿੰਦਾ ਹੁੰਦਾ, ਉਹ ਮੂਰਖੋ, 2-2 ਲੱਖ ਦੇ ਤੁਸੀਂ ਬਾਥਰੂਮ ਬਣਾਏ ਨੇ, ਤੁਹਾਡਾ ਬਾਥਰੂਮ 10,000 ਰੁਪਈਏ ਨਾਲ ਨਹੀਂ ਸਰਦਾ, 1,90,000 ਵੰਡੋ ਖਾ ਗਰੀਬਾਂ ਦੇ ਵਿੱਚ। ਗੁਰੂ ਰਾਮਦਾਸ ਦੇ ਦਰ ਤੇ ਰੋਜ਼ ਲੱਖਾਂ ਗਰੀਬ ਅਮੀਰ ਪ੍ਰਸ਼ਾਦਾ ਛਕਦੇ ਨੇ, ਲੱਖਾਂ ਲੋਕ ਆਣ ਕੇ ਸਰਾਵਾਂ ਦੇ ਵਿੱਚ ਵਿਸ਼ਰਾਮ ਕਰਦੇ ਨੇ, ਤੇ ਇਹਦੇ ਨਾਲੋਂ ਵੱਡਾ ਹੋਰ ਪਰਉਪਕਾਰ ਹੋਰ ਕੀ ਹੋ ਸਕਦਾ ਹੈ? ਨਿਸ਼ਰਧਕ ਬੰਦੇ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਜਪ ਤੋਂ ਸ਼ੁਰੂ ਹੁੰਦੀ ਹੈ, ਜਪ ਤੋਂ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕ ਉਹ ਅੰਕਾਰ ਤੋਂ ਸ਼ੁਰੂ ਨਹੀਂ ਹੁੰਦੀ, ਜਪ ਤੋਂ ਆਰੰਭ ਹੁੰਦੀ ਹੈ। ਇੱਕ ਉਹ ਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਤਾਂ ਮੰਗਲਾ ਚਰਨ ਹੈ, ਬਾਣੀ ਜਪ ਤੋਂ ਸ਼ੁਰੂ ਹੁੰਦੀ ਹੈ। ਜਿਸ ਬਾਣੀ ਦਾ ਨਾਮ ਹੀ ਜਪ ਹੈ, ਜਪ ਤੋਂ ਆਰੰਭ ਹੁੰਦੀ ਹੈ। ਐਸੇ ਦੀਨ ਦਿਆਲ ਕਹਿੰਦੇ ਨੇ, ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਸੱਚੇ ਪਾਤਸ਼ਾਹ ਕਹਿੰਦੇ ਮੇਰੇ ਗੁਰੂ ਨੇ ਰਹਿਮਤ ਕਰਕੇ ਤਾਪ ਗਵਾ ਦਿੱਤਾ ਹਰਗੋਬਿੰਦ ਸਾਹਿਬ ਦਾ। ਵਾਜੇ ਅਨਹਦ ਤੂਰੇ, ਗੁਰੂ ਦੀ ਕਿਰਪਾ ਸਦਕਾ ਆਨੰਦ ਦੇ ਵਾਜੇ ਵੱਜਣੇ ਸ਼ੁਰੂ ਹੋ ਗਏ ਜਦੋਂ ਗੁਰੂ ਨੇ ਰਹਿਮਤ ਕੀਤੀ। ਸਰਬ ਕਲਿਆਣ ਪ੍ਰਭ ਕੀਨੇ, ਹਾਂਜੀ,
ਕਰ ਕਿਰਪਾ ਆਪ ਦੀਨੇ। ਗੁਰੂ ਨੇ ਰਹਿਮਤ ਕਰਕੇ, ਸੱਚੇ ਪਾਤਸ਼ਾਹ ਨੇ, ਅਕਾਲ ਪੁਰਖ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਸਾਰੇ ਹੀ ਸੁੱਖ ਬਖਸ਼ਿਸ਼ ਕਰ ਦਿੱਤੇ, ਝੋਲੀ ਵਿੱਚ ਪਾ ਦਿੱਤੇ। ਆਪ ਮਹਾਰਾਜ ਜੀ ਨੇ ਦਿੱਤੇ ਬੇਦਨ ਸਤਿਗੁਰ ਆਪ ਗਵਾਈ। ਗੁਰੂ ਨੇ ਕਿਰਪਾ ਕਰਕੇ ਪੀੜਾ ਗਵਾ ਦਿੱਤੀ ਆਪ। ਇੱਥੇ ਆਪ ਜ਼ਿਕਰ ਆਇਆ ਗੁਰਬਾਣੀ ਵਿੱਚ ਕਈ ਵਾਰੀ, ਇਹ ਸ਼ਬਦ ਆਇਆ ਆਪਣਾ ਗੁਰੂ ਧਿਆਏ, ਕਿ ਗੁਰਮੁਖਾ ਜੇ ਤੂੰ ਗੁਰੂ ਨੂੰ ਧਿਆਉਣਾ, ਦੇ ਧਾਰੀਆਂ ਡੰਮੀਆਂ ਦੇ ਪਿੱਛੇ ਨਾ ਲੱਗਾ ਫਿਰ, ਕਿਸੇ ਦੇ ਪਿੱਛੇ ਨਾ ਲੱਗਾ ਫਿਰ। ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਬਸ਼ਰਾ ਬਿਸ਼ਰ ਪਰਤ ਆਣ ਗਾਏ ਥਨ, ਦੁਗਧ ਨਾ ਪਾਨ ਕਰੈ ਮਾਰਤ ਹੈ ਲਾਤ ਕੀ। ਵੱਛਾ ਇੱਕ ਭੁੱਲ ਕੇ ਆਪਣੀ ਮਾਂ ਨੂੰ ਦੂਸਰੀ ਗਾਂ ਦੇ ਥਣਾਂ ਨੂੰ ਮੂੰਹ ਮਾਰੇ, ਉੱਥੋਂ ਦੁੱਧ ਤਾਂ ਨਹੀਂ ਪ੍ਰਾਪਤ ਹੁੰਦਾ। ਭਾਈ ਗੁਰਦਾਸ ਜੀ ਕਹਿੰਦੇ ਲੱਤ ਮਿਲਦੀ ਹੈ, ਉੱਥੋਂ ਲੱਤ ਪੈਂਦੀ ਹੈ। ਇਸ ਕਰਕੇ ਦੂਸਰਿਆਂ ਦੇ ਪਿੱਛੇ ਨਾ ਲੱਗਾ ਫਿਰ, ਆਪਣੇ ਗੁਰੂ ਦੇ ਕੋਲ ਆ। ਸਿੱਖ ਸੰਤ ਸਭ ਸਰ ਸੇ ਹੋਏ, ਹਰ ਹਰ ਨਾਮ ਧਿਆਈ। ਸਿੱਖ ਤੇ ਸੰਤ ਸਰਸੇ ਰਸ ਦੇ ਨਾਲ ਭਰਪੂਰ ਹੋ ਗਏ। ਇਹ ਪੰਕਤੀ ਦਾ ਡੰਮੀਆਂ ਗੁਰੂਆਂ ਨੇ ਫਾਇਦਾ ਉਠਾਇਆ ਜੇ, ਕਿਉਂਕਿ ਸਾਨੂੰ ਅਰਥ ਭਾਵ ਨਹੀਂ ਪਤਾ, ਗੁਰਬਾਣੀ ਨੂੰ ਧਿਆਨ ਨਾਲ ਪੜ੍ਹਦੇ ਨਹੀਂ, ਗੁਰਬਾਣੀ ਨੂੰ ਧਿਆਨ ਨਾਲ ਅਰਥਾਂ ਦੇ ਨਾਲ ਸਰਵਣ ਨਹੀਂ ਕਰਦੇ। ਜੇ ਸਰਵਣ ਕਰਦੇ ਵੀ ਹਾਂ ਤੇ ਇੱਕ ਕੰਨ ਸੁਣਿਆ ਦੂਸਰੇ ਕੰਨ ਕੱਢ ਦਿੱਤਾ। ਸਿੱਖ ਸੰਤ ਸਭ ਸਰਸੇ ਹੋਏ, ਜਦੋਂ ਉਹਨਾਂ ਨੇ ਪੰਕਤੀ ਸੁਣੀ ਉਹ ਕਹਿੰਦੇ ਗੁਰਬਾਣੀ ਇਹ ਗੱਲ ਕਹਿ ਰਹੀ ਹੈ ਕਿ ਸਿੱਖ ਤੇ ਸੰਤ ਸਭ ਸਰਸੇ ਦੇ ਵਿੱਚ ਹੈ। ਸਰਸੇ ਸੰਤ ਸਾਜਨ ਭੈ ਸਰਸੇ, ਸਰਸ ਰਸ ਦੇ ਨਾਲ ਭਰਪੂਰ, ਸਿੱਖ ਤੇ ਮਹਾਂਪੁਰਖ ਸਾਧੂ ਬ੍ਰਹਮ ਗਿਆਨੀ ਗੁਰਮੁਖ ਜਨ, ਜਿਸ ਦੇ ਬਾਬਤ ਮਹਾਰਾਜ ਕਹਿੰਦੇ ਜਿਹਨਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਉਹ ਸਿੱਖ ਨਾਮ ਜਪਣ ਵਾਲੇ, ਬਾਣੀ ਪੜ੍ਹਨ ਵਾਲੇ, ਸੰਤ ਜਨ ਸਰਸੇ ਰਸ ਦੇ ਨਾਲ ਭਰਪੂਰ ਹੋ ਗਏ। ਤੇ ਅੱਜ ਕੱਲ੍ਹ ਤੇ ਸੰਤ ਸ਼ਬਦ ਦਾ ਹੀ ਖੰਡਨ ਕਰੀ ਜਾ ਰਹੇ ਨੇ, ਜਦੋਂ ਕਿ ਗੁਰਬਾਣੀ ਵਿੱਚ ਇਹ ਬਚਨ ਆਏ ਨੇ ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ। ਗੁਰਬਾਣੀ ਪਤਾ ਕੀ ਗੱਲ, ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ ਕੀ ਇਸ਼ਾਰਾ ਕਰਦੇ ਨੇ, ਉਹ ਜਿਹੜੇ ਮਨਮੁਖੀ ਲੋਕ ਨੇ ਉਹ ਕਹਿੰਦੇ ਦੇਹ ਨੂੰ ਸਰੀਰ ਨੂੰ ਸੰਤ ਕਿਹਾ ਹੀ ਨਹੀਂ ਗੁਰਬਾਣੀ ਨੇ, ਕਿਉਂਕਿ ਉਹਨਾਂ ਗੁਰਬਾਣੀ ਪੜ੍ਹੀ ਨਹੀਂ ਧਿਆਨ ਦੇ ਨਾਲ, ਵਿਆਕਰਨ ਨਹੀਂ ਪੜ੍ਹਿਆ, ਪਤਾ ਕਿਵੇਂ ਲੱਗੇ। ਜਦੋਂ ਕਿ ਸਤਿਗੁਰ ਸੱਚੇ ਪਾਤਸ਼ਾਹ ਗੁਰਬਾਣੀ ਅੰਦਰ ਅੱਜ ਦੀ ਪੰਕਤੀ ਵਿੱਚ ਵੀ ਇਸ਼ਾਰਾ ਕਰ ਰਹੇ ਨੇ ਸਿੱਖ ਸੰਤ ਸਭ ਸਰਸੇ, ਸਰਸੇ ਰਸ ਦੇ ਨਾਲ ਭਰਪੂਰ ਹੋ ਗਏ। ਸੰਤ ਕੌਣ, ਪ੍ਰਹਿਲਾਦ ਕੌਣ ਸੀ, ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ। ਪ੍ਰਹਿਲਾਦ ਵੀ ਤੇ ਇੱਕ ਸਰੀਰ ਸੀ ਪੰਜ ਭੌਤਿਕ ਦਾ। ਸਤਿਗੁਰੂ ਜੀ ਕਹਿੰਦੇ ਰਸ ਦੇ ਨਾਲ ਭਰਪੂਰ ਹੋ ਗਏ, ਰਹਾਉ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਰਹਿਮਤ ਕਰਦੇ ਹਨ। ਜੋ ਮੰਗ ਹੈ ਸੋ ਲੇਵਹਿ, ਜਿਹੜਾ ਜਿਹੜਾ ਵੀ ਗੁਰੂ ਦਾ ਪਿਆਰਾ ਗੁਰੂ ਅੱਗੇ ਆਣ ਕੇ ਝੋਲੀ ਅੱਡਦਾ ਹੈ, ਗੁਰੂ ਉਹ ਕੁਝ ਉਹੋ ਹੀ ਦਾਤਾ ਉਹਦੀ ਝੋਲੀ ਵਿੱਚ ਪਾਈ ਜਾਂਦਾ ਹੈ। ਜੋ ਮੰਗੈ ਸੋ ਲੇਵਹਿ, ਤੇ ਦਿੰਦਾ ਕਿਨੂੰ ਹੈ, ਰੱਬ ਆਪਣਿਆਂ ਸੰਤਾਂ ਦੇਵਹਿ। ਪ੍ਰਭੂ ਵਾਹਿਗੁਰੂ ਪ੍ਰਮਾਤਮਾ ਆਪਣੇ ਸੰਤਾਂ ਦੇ ਉੱਪਰ ਵਿਸ਼ੇਸ਼ ਬਖਸ਼ਿਸ਼ ਕਰਦੇ ਨੇ, ਰਹਿਮਤ ਕਰਦੇ ਨੇ ਸਭਨਾਂ ਉੱਪਰ। ਨਦਰ ਪ੍ਰਭ ਤੇਰੀ ਕਿਸੇ ਥੋਰੀ, ਕਿਸੇ ਹੈ ਕਨੇਰੀ। ਰੱਬ ਦੇ ਪਿਆਰੇ ਪ੍ਰਾਪਤ ਕਰਦੇ ਹਨ, ਹਰ ਗੋਬਿੰਦ ਪ੍ਰਭ ਰਾਖਿਆ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਿਸੇ ਦੇਵੀ ਦੇਵਤੇ ਨੇ ਹਰ ਗੋਬਿੰਦ ਦੀ ਰੱਖਿਆ ਨਹੀਂ ਜੇ ਕੀਤੀ। ਪਿਆਰ ਨਾਲ ਆਖੋ ਸਤਨਾਮ, ਫਿਰ ਭਿੱਜ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਸੱਚੇ ਪਾਤਸ਼ਾਹ ਕਹਿੰਦੇ ਮੇਰੇ ਹਰ ਗੋਬਿੰਦ ਦੀ ਰੱਖਿਆ ਪ੍ਰਭੂ ਨੇ ਕੀਤੀ ਹੈ, ਵਾਹਿਗੁਰੂ ਪ੍ਰਮਾਤਮਾ ਨੇ ਕੀਤੀ ਹੈ, ਕਿਸੇ ਦੇਵੀ ਦੇਵਤੇ ਨੇ ਨਹੀਂ ਕੀਤੀ। ਜਨ ਨਾਨਕ ਸਾਚ ਸੁਭਾਖਿਆ। ਪੰਜਵੇਂ ਜੋਤ ਗੁਰੂ ਨਾਨਕ ਸਾਹਿਬ ਜੀ ਦੀ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇਹ ਸੱਚ ਸੁਭਾਖਿਆ ਭਾਵ ਸੱਚ ਸੁਣਾਉਣਾ ਕੀਤਾ ਹੈ, ਇਹ ਸੱਚ ਹੈ ਜੋ ਮਹਾਰਾਜ ਕਹਿੰਦੇ ਉੱਪਰ ਬਚਨ ਕਹੇ ਨੇ, ਹਰ ਗੋਬਿੰਦ ਗੁਰੂ ਨੇ ਰੱਖਿਆ।
साहब जी कहिंदे ये गुरु ने ताप उताया है उतारे है मेरी पीड़ा गुरु ने दूर कीती है। साहब जी कहिंदे मैं गुरु नानक दा दास तेरा जन नानक दास सच कह रहा है। साहब कृपा करन आओ लड़ीवार शब्द दी विचार सरवण करिए जी। सूही महला चौथा कार दूजा एक ओंकार सतगुर प्रसाद। प्यार नाल सारे आखो सतनाम श्री वाहे। धन गुरु रामदास गरीब नवाज सतगुरां दे पावन मुखार बिंद तो चारण कीता होया सूही रागणी दा पावन शब्द है। सुर ताल दा घर दूसरा है। वस्तु निर्देश मंगला चरण वाहिगुरु परमात्मा एक है सदीव रहण वाला है प्रकाशमान है ते गुरु दी कृपा सदका प्राप्त हुंदा है। गुरमत नगरी खोज खोजाई। साहिब सच्चे पातशाह धन गुरु रामदास सोढ़ी सुल्तान बख्शिश करदे ने गुरु दी मत लै करके अपनी जिहड़ी नगरी है ना शरीर रूपी नगरी देह रूपी नगरी कहिंदे मैं इहदे विच खोज कीती ते अपने संगियां साथियां नूं भी आख्या कि भाई तुसीं भी खोज करो। इहदे विच खोजना कीता है किन्नू खोजना कीता है हर हर नाम पदार्थ पाई। खोजदिया लभदिया वाहिगुरु परमात्मा दा नाम प्राप्त हो गया। प्यार नाल आखो सतनाम श्री वाहे। सतगुर सच्चे पातशाह पावन बाणी अंदर बख्शिश करदे ने जो ब्रह्मंडे सोई पिंडे जो खोजै सो पावै। खोज करनी पवेगी दही पिया उहदे विचों मक्खण कढ़न वास्ते यतन तां करना ही पवेगा ना। मधाणी तां उहदे विच बीबियां नूं पाउणी पवेगी फिर उहदे विचों यतन करके मक्खण निकलेगा। इस करके साहिब जी कहिंदे गुरु दी मत द्वारा जदों खोज कीती साई नाम अमोल कीम ना कोई जान दो। ऐसा अमोलक खजाना वाहेगुरु परमात्मा दा नाम रूपी धन पदार्थ प्राप्त होया नाम बिनसन वाला। दुनियावी पदार्थ दुनियावी धन बिनसन वाले ने पर वाहेगुरु परमात्मा दा नाम जल नहीं डूबै तस्कर नहीं लेवै पाहे ना साके जाले। ऐसा वाहेगुरु परमात्मा दा नाम प्राप्त कर लिया। अज किसी गुरमुख नूं कहो ना कि अमृत पान कर अगों जवाब दिंदा है कि अंदर तो गुरबाणी कहिंदी अमृत दा खूह भरिया अंतर खूटा अमृत भरिया। अगली पंक्ति नहीं पढ़दे शब्द है काड पिए पनहारी। ते बेनती उहनां नूं करी दी है कि किसी गुरमुख ने गर्मियां दे दिनां अंदर नलका ला लिया पुराने समयां दे अंदर नलका तां ला लिया ज्यों बोकियां मारन लगा पानी निकले कोई ना ते सियाणा बंदा लागों दी लंघिया कहण लगा भाई बड़ा खपिया तपिया है गल की है। कहिंदा मेरे को जिन्ने पैसे सी मैं नलके ते ला दिते ते पानी नहीं निकल रहा बोकियां मार रहा है। कहिंदा बाहरों दो मग पानी दे पाए विच कहिंदा वो तां नहीं पाए। कहिंदा मारी जा सुकियां बोकियां जिन्नियां मर्जी पानी नहीं निकलना बाहरों दो मग पानी दे पा अंदरले पानी नाल जाके धरती दे पानी नाल जाके मिलके उपर लियाउणगे दूसरे पानी नूं जिन्नियां मर्जी सुकियां बोकियां मारी जाओ। कहिंदे जी नाम दा रस नहीं आउंदा सिमरन करदे आ पर गल नहीं बनदी खेड नहीं बनी अमृत छकिया कोई नहीं। सच्चे पातशाह कहिंदे जे अंदर खूह अमृत दा भरिया ना गुरमुखा पंज प्यारियां दे कोलों लै के पंज चूले इन्हां दे अंदर पा अपने अंदर कल फिर बोकी मारी फिर सिमरन करी सत नाम वाहे गुरु सत नाम वाहे गुरु। सत नाम वाहे गुरु सत नाम वाहे गुरु। अमृत
ਛੱਕ ਕੇ ਫੇਰ ਸਿਮਰਨ ਕਰ, ਫੇਰ ਬੋਕੀ ਮਾਰ, ਵੇਖ ਆਨੰਦ ਆਉਂਦਾ ਕਿ ਨਹੀਂ ਆਉਂਦਾ। ਸ਼ਬਦ ਹੈ ਕਾਢ ਪੀਏ ਪਨਹਾਰੇ, ਸ਼ਬਦ ਤਾਂ ਦੀ ਤੂੰ ਲੱਜ ਤਾਂ ਮਨਾਈ ਨਹੀਂ ਸ਼ਬਦ ਦੀ। ਸ਼ਬਦ ਪ੍ਰਾਪਤ ਕਿੱਥੋਂ ਹੁੰਦਾ? ਪੰਜਾਂ ਦੇ ਕੋਲੋਂ, ਪੰਜ ਪਿਆਰੇ ਸਹਿਬਾਨਾਂ ਦੇ ਕੋਲੋਂ। ਗਰੀਬ ਨਿਵਾਜ ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਅੰਦਰੋਂ ਵਾਹਿਗੁਰੂ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਖੋਜਿਆ। ਮੇਰਾ ਮਨ ਹਰ ਹਰ ਸ਼ਾਂਤ ਵਸਾਈ। ਜਦੋਂ ਵਾਹਿਗੁਰੂ ਪਰਮਾਤਮਾ ਦਾ ਨਾਮ ਪ੍ਰਾਪਤ ਕਰਕੇ ਸਿਮਰਨ ਕੀਤਾ, ਮੇਰੀ ਛਾਤੀ, ਮੇਰਾ ਹਿਰਦਾ, ਮੇਰੀ ਆਤਮਾ ਠੰਡੀ ਹੋ ਗਈ। ਬਲਤੋ ਜਲਤੋ ਤੌਕਿਆ ਗੁਰ ਚੰਦਨ ਸੀਤ ਲਾਇਓ। ਛਾਤੀ ਸੀਤਲ, ਮਨ ਸੁਖੀ, ਸ਼ੰਤ ਗੋਬਿੰਦ ਗੁਣ ਗਾਏ। ਜਿਹੜਾ ਮੇਰਾ ਹਿਰਦਾ ਤਪ ਰਿਹਾ ਸੀ ਵਿਕਾਰਾਂ ਦੇ ਨਾਲ, ਗੁਰੂ ਦੇ ਨਾਮ ਨੇ ਠੰਡ ਵਰਤਾ ਦਿੱਤੀ। ਇਸ ਨਾ ਅਗਨ ਬੁਝੀ ਖਿਨ ਅੰਤਰ, ਗੁਰ ਮਿਲਿਆ ਸਭ ਭੁੱਖ ਗਵਾਈ। ਫੇਰ ਕੀ ਖੇਡ ਵਰਤੀ? ਇੱਕ ਛਿਨ ਦੇ ਵਿੱਚ ਜਿਹੜੀ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਬਲਦੀ ਪਈ ਸੀ ਉਹ ਬੁਝ ਗਈ ਗੁਰੂ ਦੀ ਕਿਰਪਾ ਸਦਕਾ। ਮੇਰੀ ਸਾਰੀ ਭੁੱਖ ਗਵਾਚ ਗਈ। ਗਵਾਚੀ ਕਿਵੇਂ? ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਜਦੋਂ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਆਸਰਾ ਬਣਾ ਲਿਆ, ਸਾਰੀਆਂ ਭੁੱਖਾਂ ਗਵਾਚ ਗਈਆਂ, ਦੁੱਖ ਦੂਰ ਹੋ ਗਏ। ਵਿਸ਼ਰਾਮ ਦੇਖ ਕੇ ਗੁਰੂ ਰਾਮਦਾਸ ਬਖਸ਼ਿਸ਼ ਕਰਦੇ, ਸੋਢੀ ਸੁਲਤਾਨ ਹਰ ਗੁਣ ਗਾਵਾ ਜੀਵਾ ਮੇਰੀ ਮਾਈ। ਇਹ ਮੇਰੀ ਮਾਂ, ਜਦੋਂ ਮੈਂ ਵਾਹਿਗੁਰੂ ਦੇ ਗੁਣ ਗਾਉਂਦਾ ਹਾਂ, ਮੈਂ ਜਿਉਂਦਾ ਹਾਂ, ਮੈਨੂੰ ਆਤਮਿਕ ਜੀਵਨ ਮਿਲਦਾ। ਆਖਾਂ ਜੀਵਾਂ ਵਿਸਰੈ ਮਰ ਜਾਊਂ, ਆਖਣ ਔਖਾ ਸਾਚਾ ਨਾਮ। ਦਵਾਈ ਕੌੜੀ ਹੁੰਦੀ ਜੇ, ਪਰ ਖਾਣ ਦੇ ਨਾਲ ਰੋਗ ਵੀ ਠੀਕ ਹੋ ਜਾਂਦੇ ਨੇ। ਬੜੀ ਔਖੀ ਖਾਣੀ ਦਵਾਈ। ਡਾਕਟਰ ਕੋਲ ਤੁਸੀਂ ਜਾਓ, ਵੱਖੋ ਵੱਖਰੇ ਪੇਸ਼ੈਂਟਾਂ ਨੂੰ, ਵੱਖੋ ਵੱਖਰੇ ਮਰੀਜ਼ਾਂ ਨੂੰ ਵੱਖੋ ਵੱਖਰੀ ਦਵਾਈ ਦੇਵੇਗਾ, ਇੱਕ ਦਵਾਈ ਨਹੀਂ ਦੇਵੇਗਾ। ਪਰ ਜਦੋਂ ਗੁਰੂ ਦੇ ਦਰ ਤੇ ਆ ਕੇ ਤਰਲਾ ਲਵੋਗੇ, ਫਿਰ ਸਰਬ ਰੋਗ ਕਾ ਔਖਦ ਨਾਮ, ਸਾਰੇ ਰੋਗਾਂ ਦਾ ਇੱਕੋ ਨਾਮ ਦਾਰੂ ਹੈ। ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰ ਕਹਿੰਦੇ ਨੇ, ਗੁਰੂ ਦੀ ਰਹਿਮਤ ਵਰਤ ਗਈ ਮੇਰੇ ਤੇ। ਸਤਿਗੁਰ ਦਇਆਲ ਗੁਣ ਨਾਮ ਦ੍ਰਿੜਾ। ਦਇਆਲ ਦੇ ਭਾਵ ਨੇ ਦਇਆ ਦਾ ਘਰ, ਦਇਆ ਦਾ ਸਾਗਰ। ਦਿਆਲੂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਨਾਮ ਰੂਪੀ ਗੁਣਾਂ ਦਾ ਖਜ਼ਾਨਾ ਦ੍ਰਿੜ ਕਰਾ ਦਿੱਤਾ ਮੇਰੇ ਤੇ ਕਿਰਪਾ ਕਰਕੇ। ਹਉ ਹਰ ਪ੍ਰਭ ਪਿਆਰਾ ਢੂੰਡ ਢੂੰਡਾਈ। ਜਿਹਦਾ ਮੈਂ ਨਾਮ ਜਪਦਾ ਸੀ, ਸਿਮਰਨ ਕਰਦਾ ਸੀ, ਜਿਹਨੂੰ ਮੈਂ ਦਿਨ ਰਾਤ ਯਾਦ ਕਰਦਾ ਸੀ ਵਾਹਿਗੁਰੂ ਵਾਹਿਗੁਰੂ ਕਰਕੇ, ਹੁਣ ਆਸਾ ਜਗ ਗਈ, ਆਸਾ ਹਿਰਦੇ ਦੇ ਵਿੱਚ ਪੈਦਾ ਹੋਈ ਕਿ ਮੈਂ ਉਹਨੂੰ ਢੂੰਡ ਕੇ ਉਹਦੇ ਦਰਸ਼ਨ ਤਾਂ ਕਰਾਂ, ਉਹਦੇ ਮੈਂ ਵੇਖਾਂ ਤਾਂ ਸਹੀ, ਬਿਨ ਦੇਖੇ ਉਪਜੇ ਨਹੀਂ ਆਸਾ, ਮੈਂ ਉਹਦੇ ਦਰਸ਼ਨ ਤਾਂ ਕਰਾਂ, ਉਹ ਕਿਹੋ ਜਿਹਾ ਹੈ, ਮੈਂ ਉਹਦੇ ਮੁਖਾਰ ਬਿੰਦ ਦੇ ਮੁਬਾਰਕ ਦਰਸ਼ਨ ਕਰਾਂ। ਢੂੰਡ ਢੂੰਡਾ ਢੂੰਡਾਈ, ਪ੍ਰੇਮੀ ਜਨਾਂ ਕੋਲ, ਰੱਬ ਦੇ ਪਿਆਰਿਆਂ ਕੋਲੋਂ ਉਹਦੀ ਭਾਲ ਕਰਾਵਾਂ। ਸਤ ਸੰਗਤ ਮਿਲ ਹਰ ਰਸ ਪਾਈ। ਸਤ ਸੰਗਤ ਦੇ ਵਿੱਚ ਮਿਲ ਕਰਕੇ ਵਾਹਿਗੁਰੂ ਪਰਮਾਤਮਾ ਦਾ ਨਾਮ ਰੂਪੀ ਆਨੰਦ ਦਾ ਰਸ ਪ੍ਰਾਪਤ ਕਰਾਂ। ਜਿਹਨੂੰ ਨਾਮ ਦਾ ਰਸ ਆ ਜਾਂਦਾ ਹੈ ਨਾ, ਉਹ ਢੰਡੋਰਾ ਨਹੀਂ ਪਿੱਟਦਾ ਫਿਰਦਾ ਕਿ ਮੈਨੂੰ ਬੜਾ ਆਨੰਦ ਆਇਆ। ਉਹ ਤਾਂ ਇਹੋ ਰਸ ਸਹੀ ਜਾਣਦੇ ਜੋ ਗੂੰਗੇ ਮਠਿਆਈ ਖਾਏ। ਉਹਦੀ ਹਾਲਤ ਇੱਕ ਗੂੰਗੇ ਦੀ ਤਰ੍ਹਾਂ ਬਣ ਜਾਂਦੀ ਹੈ। ਗੂੰਗੇ ਨੂੰ ਕੋਈ ਮਠਿਆਈ ਦਿਓ, ਉਹਨੂੰ ਪੁੱਛੋ ਭਾਈ ਇਹਦਾ ਸਵਾਦ ਕਿਹੋ ਜਿਹਾ, ਉਹ ਆਨੰਦ ਦੇ ਵਿੱਚ ਸਿਰ ਤਾਂ ਹਿਲਾਵੇਗਾ ਪਰ ਬਿਆਨ ਨਹੀਂ ਕਰ ਸਕੇਗਾ। ਜਿਹੜੇ ਨਾਮ ਜਪਦੇ ਨੇ ਅਭਿਆਸੀ ਜਨ, ਉਹਨਾਂ ਨੂੰ ਪੁੱਛ ਕੇ ਵੇਖੋ ਨਾਮ ਦਾ ਰਸ ਕੈਸਾ, ਉਹ ਕਹਿੰਦੇ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਪਿਆਰ ਨਾਲ ਆਖੋ ਸਤਨਾਮ ਸ਼੍ਰੀ, ਐਸਾ ਨਾਮ ਦਾ ਰਸ ਹੈ। ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਸਤ ਸੰਗਤ ਦੇ ਵਿੱਚੋਂ ਇਹ ਆਨੰਦ ਦਾ ਰਸ ਪ੍ਰਾਪਤ ਹੁੰਦਾ ਹੈ। ਤੁਰ ਮਸਤਕ ਲੇਖ ਲਿਖੇ ਹਰ ਪਾਈ। ਗੁਰੂ ਨੇ ਕਿਰਪਾ ਕਰ ਦਿੱਤੀ, ਮੇਰੇ ਮਸਤਕ ਦੇ ਉੱਪਰ ਜਿਹੜੇ ਲੇਖ ਸਨ ਉੱਗੜ ਗਏ। ਪੂਰਬ ਕਰਮ ਅੰਕੁਰ ਜਬ ਪ੍ਰਗਟੇ,
ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਮੇਰੇ ਮਸਤਕ ਦੇ ਲੇਖ ਉੱਗੜ ਗਏ ਚੰਗੇ, ਫਿਰ ਕੀ ਹੋਇਆ ਜੀ। ਗੁਰੂ ਨਾਨਕ ਤੁੱਠਾ ਮਿਲੈ ਹਰ ਪਾਈ। ਗੁਰੂ ਨਾਨਕ ਸਾਹਿਬ ਜੀ ਨੇ ਤੁੱਠ ਕੇ ਮੇਰੇ ਤੇ ਰਹਿਮਤ ਕਰਕੇ ਵਾਹਿਗੁਰੂ ਪਰਮਾਤਮਾ ਦੇ ਨਾਲ ਮੇਰਾ ਮਿਲਾਪ ਕਰ ਦਿੱਤਾ। ਹੋਇਆ ਕਦੋਂ? ਜਦੋਂ ਮੇਰੇ ਮਸਤਕ ਦੇ ਭਾਗ ਜਾਗ ਪਏ। ਇਤਿਹਾਸ ਵਿੱਚ ਧੰਨ ਗੁਰੂ ਹਰਿ ਸਾਹਿਬ ਜੀ ਦਾ ਜਦੋਂ ਇਤਿਹਾਸ ਸੁਣਦਾ ਨਾ, ਸ੍ਰੀ ਗੁਰੂ ਸੂਰਜ ਪ੍ਰਕਾਸ਼ ਗ੍ਰੰਥ ਅੰਦਰ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਭਾਗ ਜਾਗੇ ਕੀ ਇਹ ਨਿਸ਼ਾਨੀ, ਪ੍ਰਹਿ ਲਾਗੇ ਸਤਿਗੁਰ ਕੀ ਬਾਣੀ। ਸਾਹਿਬ ਕਿਰਪਾ ਕਰਨ ਗੁਰੂ ਦੀ ਪ੍ਰਾਪਤੀ ਹੋ ਗਈ। ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਕਰਨ, ਸਤਿਕਾਰਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੇ ਹੁਣੇ ਹੁਣੇ ਵਿਦੇਸ਼ ਦੀ ਯਾਤਰਾ ਕਰਕੇ ਆਏ ਨੇ, ਸੰਗਤਾਂ ਨੂੰ ਨਿਹਾਲ ਕਰਕੇ ਆਏ ਨੇ, ਗੁਰੂ ਰਾਮਦਾਸ ਜੀ ਦੀ ਗੱਲ ਕਰਕੇ ਵਿਦੇਸ਼ਾਂ ਦੇ ਵਿੱਚ ਆਏ ਨੇ, ਜਿਨ੍ਹਾਂ ਨੇ ਦਾਸ ਨੂੰ ਇਸ ਨਾਚੀਜ਼ ਨੂੰ ਦੀਵਾਨ ਆਲ ਮੰਜੀਤ ਸਾਹਿਬ ਵਿਖੇ ਸਮਾਂ ਬਖਸ਼ ਕੇ ਗਰੀਬ ਨਿਵਾਜ ਸਤਿਗੁਰਾਂ ਦੀਆਂ ਖੁਸ਼ੀਆਂ ਝੋਲੀ ਵਿੱਚ ਪਾਈਆਂ ਨੇ। ਮੈਂ ਤਹਿ ਦਿਲੋਂ ਧੰਨਵਾਦੀ ਹਾਂ ਸਿੰਘ ਸਾਹਿਬ ਜੀ ਦਾ। ਅਰਦਾਸ ਵੀ ਕਰਦਾ ਸੱਚੇ ਪਾਤਸ਼ਾਹ ਸਿੰਘ ਸਾਹਿਬ ਜੀ ਨੂੰ ਤੰਦਰੁਸਤੀ ਬਖਸ਼ਿਸ਼ ਕਰਨ। ਬੜਾ ਸੁੰਦਰ ਪ੍ਰਬੰਧ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਸਿੰਘ ਸਾਹਿਬ ਜੀ ਦੀ ਰਹਿਨੁਮਾਈ ਹੇਠ ਚੱਲ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਮਾਂ ਬਖਸ਼ਿਸ਼ ਕੀਤਾ। ਸਾਹਿਬ ਕਿਰਪਾ ਕਰਨ ਬੇਅੰਤ ਭੁੱਲਾਂ ਹੋਈਆਂ, ਗੁਰੂ ਨਾਨਕ ਦੇ ਦਰ ਦਾ, ਗੁਰੂ ਰਾਮਦਾਸ ਦੇ ਦਰ ਦਾ ਅਦਨਾ ਜਿਹਾ ਸੇਵਕ ਜਾਣ ਕੇ ਬਖਸ਼ ਲੈਣੀਆਂ। ਗਰੀਬ ਨਿਵਾਜ ਕਿਰਪਾ ਕਰਨ ਅਖੀਰਲੀਆਂ ਪੰਕਤੀਆਂ ਆਪ ਜੀ ਸਰਵਣ ਕਰੋ ਜੀ। ਤੁਰ ਮਸਤਕ ਲੇਖ ਲਿਖੇ ਹਰ ਪਾਈ, ਗੁਰੂ ਨਾਨਕ ਤੁੱਠਾ ਮਿਲੈ ਹਰ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।